दोस्तों, मैं अमरजोत सिंह बोल रहे हैं। इस वक्त 6:15 बजने लगे हैं एडमंटन। अज है 23 फरवरी की। मेरे नाल लाइन से जुड़े हुए हैं एक जनाब जिहड़े इंटरव्यू दे कर आए हैं कल परसों। सो आओ पता करते हैं कि इंटरव्यू में की कुछ पूछा जा रहा है स्पाउस वीज़ा के बारे। सॉरी, दे हैड अ मैरिज केस फॉर PR। सो आओ पता करते हैं कि भी की सिचुएशन है। नाम लाइन से कौन कौन है जी, नाम दसोगे प्लीज अपना। माहौल है ਤੇ ਉਹਨੇ ਮੈਨੂੰ ਜਿੱਦਾਂ ਬੁਲਾਇਆ ਤੇ ਬੁਲਾ ਬੁਲ ਕੇ ਅਸੀਂ ਤੇ ਮਾੜਾ ਮੋਟਾ ਮੈਨੂੰ ਪੁੱਛਿਆ, ਕਹਿੰਦੇ ਵੀ ਮੈਂ ਅੰਦਰ ਦੱਸਣਾ ਵਾ। ਤੇ ਪਹਿਲਾਂ ਹੀ ਮੈਨੂੰ ਮਾੜਾ ਮੋਟਾ ਉਹਨੇ ਪੁੱਛਿਆ ਵੀ ਤੇ ਮੈਨੂੰ ਪੁੱਛਦੀ ਵੀ ਡਰਨਾ ਨੀਗਾ। ਤੇ ਉਸ ਤੋਂ ਬਾਅਦ ਚੋਂ ਤੇ ਅਸੀਂ ਐਂਟਰੀ ਕੀਤੀ ਅੰਦਰ, ਤੇ ਐਂਟਰੀ ਕਰਕੇ ਤੇ ਅਸੀਂ ਚੇਅਰਸ ਤੇ ਬੈਠੇ ਸੀਗੇ, ਉੱਥੇ ਕੈਬਨ ਬਣੇ ਹੋਏ ਸੀਗੇ। ਤੇ ਉਹ ਮੈਨੂੰ ਕਹਿੰਦੇ ਵੀ ਆਪਣਾ ਨੇਮ ਲੈਣਗੇ, ਧਿਆਨ ਰੱਖਿਓ। ਤੇ ਬੈਠੇ ਅਸੀਂ ਤੇ ਉਸ ਤੋਂ ਬਾਅਦ ਚੋਂ ਜਿਵੇਂ ਅਸੀਂ ਅੱਧਾ ਅੱਧਾ ਪੌਣਾ ਘੰਟਾ ਬੈਠੇ ਰਹੇ, ਤੇ ਫਿਰ ਸਾਨੂੰ ਆਵਾਜ਼ ਪਈ ਤੇ ਅਸੀਂ ਜਿੱਦਾਂ ਅਸੀਂ ਕੈਬਨ 'ਚ ਚਲੇ ਗਏ ਅੰਦਰ। ਤੇ ਉਹ ਪਹਿਲਾਂ ਹੀ ਇੰਡੀਅਨ ਲੇਡੀ ਬੈਠੀ ਸੀਗੀ ਜੀ, ਤੇ ਮੈਂ ਮੇਕ ਅਮੀ ਨੂੰ ਪੁੱਛ ਕੇ ਤੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ, ਤੇ ਇੰਟਰਪ੍ਰੇਟਰ ਨੇ ਉਹਨੂੰ ਬੁਲਾਇਆ। ਤੇ ਇੰਟਰਪ੍ਰੇਟਰ ਨੇ ਉਹਨੂੰ ਬੁਲਾ ਕੇ ਇੰਟਰਪ੍ਰੇਟਰ ਨੂੰ ਕਹਿੰਦੀ ਵੀ ਤੁਸੀਂ ਬੈਠਣਾ ਬੈਠ ਜਾਓ, ਵੀ ਮੈਨੂੰ ਪੰਜਾਬੀ ਤੇ ਇੰਗਲਿਸ਼ ਹਿੰਦੀ ਆਉਂਦੀ ਆ, ਵੀ ਤੁਸੀਂ ਓਦਾਂ ਬੈਠ ਜਾਓ, ਜਿਹੜੀ ਕੋਈ ਨਹੀਂ ਗੱਲ ਇਹਨੂੰ ਸਮਝ ਲੱਗੂਗੀ ਵੀ ਤੁਸੀਂ ਦੱਸ ਦਿਓ। ਤੇ ਉਹ ਕਹਿੰਦੇ ਓਕੇ, ਤੇ ਉਹ ਬੈਠ ਗਏ। ਤੇ ਉਹ ਮੈਨੂੰ ਕਹਿੰਦੀ ਵੀ ਮੈਂ ਤੁਹਾਡੀ ਵੀਜ਼ਾ ਆਫੀਸਰ ਹਾਂ। ਤੇ ਮੈਂ ਕਿਹਾ ਓਕੇ ਮੈਮ। ਤੇ ਮੈਨੂੰ ਕਹਿੰਦੇ ਵੀ ਤੁਹਾਡੀ ਵਾਈਫ ਕਿੱਥੇ ਆ? ਤੇ ਮੈਂ ਕਿਹਾ ਵੀ ਮੇਰੀ ਵਾਈਫ ਇੱਦਾਂ ਕਰਕੇ ਵੀ ਐਡਮਿੰਟਨ ਦੇ ਵਿੱਚ ਆ। ਤੇ ਕਹਿੰਦੇ ਓਕੇ। ਤੇ ਕਹਿੰਦੀ ਵੀ ਕੀ ਕਰਦੇ ਆ ਉੱਥੇ? ਮੈਂ ਉਹਨਾਂ ਨੂੰ ਜੋਬ ਦੱਸਤੀ ਵੀ ਜੋਬ ਕਰਦੇ ਆ। ਕਹਿੰਦੇ ਓਕੇ। ਤੇ ਕਹਿੰਦੇ ਵੀ ਉਹਨਾਂ ਨੇ ਵੀ ਸਟੱਡੀ ਕਿੱਥੋਂ ਕੀਤੀ ਆ? ਤੇ ਯੂਨੀਵਰਸਿਟੀ ਦਾ ਨੇਮ, ਕਾਲਜ ਦਾ, ਜੋ ਵੀ ਮੈਂ ਦੱਸਤਾ ਜੀ। ਕਹਿੰਦੇ ਓਕੇ। ਤੇ ਕਹਿੰਦੇ ਫਸਟ ਜੋਬ ਕਿੱਥੇ ਕੀਤੀ ਉਹਨਾਂ ਨੇ? ਤੇ ਮੈਂ ਉਹ ਵੀ ਦੱਸਤਾ ਜੀ। ਤੇ ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਉਹਨੂੰ ਉਹ ਕਿੱਦਾਂ ਗਈ ਸੀਗੀ? ਤੇ ਮੈਂ ਉਹਨਾਂ ਨੂੰ ਦੱਸਤਾ ਵੀ ਇੱਦਾਂ ਕਰਕੇ ਵੀ ਉਹਨਾਂ ਨੂੰ ਸਪੋਂਸਰ ਕੀਤਾ ਸੀ ਉਹਨਾਂ ਦੀ ਸਿਸਟਰ ਨੇ, ਤੇ ਫੈਮਿਲੀ ਜੀ ਬੀਜੀ ਦੇ ਗਏ ਨੇ। ਕਹਿੰਦੇ ਓਕੇ। ਤੇ ਉਦੋਂ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਉਦੋਂ ਬਾਅਦ ਇਹ ਪੁੱਛਿਆ ਜੀ, ਉਦੋਂ ਬਾਅਦ ਮੈਨੂੰ ਕਹਿੰਦੇ ਆਪਣੇ ਵੀ ਤੁਹਾਡੀ ਵਾਈਫ ਵਿਆਹ ਤੋਂ ਬਾਅਦ ਆਈ ਆ ਕਦੇ? ਮੈਂ ਕਿਹਾ ਹਾਂਜੀ। ਤੇ ਮੈਂ ਉਹਨਾਂ ਨੂੰ ਦੱਸਤਾ ਵੀ ਵਿਆਹ ਈਅਰ 'ਚ ਆਇਆ ਸੀ। ਕਹਿੰਦੇ ਕਿਹੜੇ ਮੰਥ ਆਏ ਸੀ? ਮੈਂ ਉਹ ਦੱਸਤਾ। ਤੇ ਕਹਿੰਦੇ ਕਿੰਨਾ ਟਾਈਮ ਰਹੇ? ਮੈਂ ਉਹ ਦੱਸਤਾ। ਤੇ ਕਹਿੰਦੇ ਫੋਟੋਗ੍ਰਾਫਸ ਹੈਗੀਆਂ? ਤੇ ਮੈਂ ਕਿਹਾ ਹਾਂਜੀ ਫੋਟੋਆਂ ਹੈਗੀਆਂ। ਤੇ ਮੈਂ ਉਹਨਾਂ ਨੂੰ ਫੋਟੋਆਂ ਦਿਖਾਤੀਆਂ। ਤੇ ਉਹਨਾਂ ਨੇ ਫੋਟੋਆਂ ਦੇਖ ਕੇ ਮੈਨੂੰ ਕਹਿੰਦੇ ਵੀ ਉਹ ਕੌਣ ਕੌਣ ਰਹਿੰਦੇ ਆ ਉੱਥੇ, ਵੀ ਉਹਨਾਂ ਦੀ ਫੈਮਿਲੀ 'ਚ ਕੌਣ ਕੌਣ ਆ? ਤੇ ਮੈਂ ਉਹ ਦੱਸਤਾ ਜੀ। ਤੇ ਕਹਿੰਦੇ ਵੀ ਇਕੱਠੇ ਰਹਿੰਦੇ ਆ ਸਾਰੇ? ਤੇ ਮੈਂ ਉਹਨਾਂ ਨੂੰ ਦੱਸਤਾ ਵੀ ਨਹੀਂ, ਵੀ ਜਿੱਦਾਂ ਵੀ ਇਕੱਠੇ ਰਹਿੰਦੇ ਆ ਵੀ ਕਿੱਦਾਂ? ਮੈਂ ਉਹਨਾਂ ਨੂੰ ਸਾਰਾ ਉਹ ਦੱਸਤਾ ਜੀ। ਤੇ ਉਦੋਂ ਬਾਅਦ 'ਚੋਂ ਮੈਨੂੰ ਕਹਿੰਦੇ ਵੀ ਜਿਹਨਾਂ ਨੇ ਸਪੋਂਸਰ ਕੀਤਾ ਵੀ ਉਹ ਕੀ ਕਰਦੇ ਆ? ਤੇ ਮੈਂ ਉਹ ਦੱਸਤਾ ਜੀ। ਤੇ ਦੱਸ ਕੇ ਮੈਨੂੰ ਕਹਿੰਦੇ ਵੀ ਉਹ ਵੀ ਜਿੱਦਾਂ ਵੀ ਕਿੱਥੇ ਜੋਬ ਕਿੱਥੇ ਕਰਦੇ ਆ? ਮੈਨੂੰ ਉਹ ਨੀ ਪਤਾ ਸੀਗਾ ਵੀ ਉਹ ਜੋਬ ਕਿੱਥੇ ਕਰਦੇ ਆ। ਮੈਂ ਕਿਹਾ ਸਾਰਾ ਆਈ ਡੋਂਟ ਨੋ, ਮੈਨੂੰ ਇੰਨਾ ਨੀ ਪਤਾ ਵੀ ਉਹ ਜੋਬ ਕਿੱਥੇ ਕਰਦੇ ਆ। ਤੇ ਉਦੋਂ ਬਾਅਦ ਇਹਨਾਂ ਨੇ ਜਿਵੇਂ ਇੱਦਾਂ ਗੱਲ ਕਰਕੇ ਤੇ ਮੇਰੀ ਮੈਨੂੰ ਕਹਿੰਦੇ ਵੀ ਤੁਹਾਡੇ ਕੋਲੇ ਵੀ ਗੱਲ ਤੁਸੀਂ ਕਿੱਦਾਂ ਕਰਦੇ ਹੋ? ਤੇ ਮੈਂ ਕਿਹਾ ਕਾਲਸ ਵਗੈਰਾ ਤੇ। ਕਹਿੰਦੇ ਉਹਦੇ ਸਕਰੀਨ ਸ਼ੋਟ ਵਗੈਰਾ ਹੈਗੇ? ਮੈਂ ਕਿਹਾ ਹਾਂਜੀ ਹੈਗੇ। ਤੇ ਉਹਨਾਂ ਨੇ ਦੇਖ ਕੇ ਮੈਨੂੰ ਕਹਿੰਦੇ ਚੈਟ ਦੇ ਹੈਗੇ। ਮੈਂ ਕਿਹਾ ਸਰ ਵੀ ਸੋਰੀ ਵੀ ਅਸੀਂ ਜ਼ਿਆਦਾ ਫੋਨ 'ਤੇ ਹੀ ਗੱਲ ਕਰਦੇ ਹਾਂ, ਤੇ ਤਾਂ ਕਰਕੇ ਮੈਂ ਫੋਨ ਵੀ ਲੈ ਕੇ ਆਇਆ ਮੈਂ ਕਾਲਿੰਗ ਵੀ। ਕਹਿੰਦੇ ਓਕੇ। ਤੇ ਉਦੋਂ ਬਾਅਦ ਚੋਂ ਮੈਨੂੰ ਕਹਿੰਦੇ ਵੀ ਤੁਸੀਂ ਆਪਦੇ ਵੀ ਮਨੀ ਵਗੈਰਾ ਟ੍ਰਾਂਜੈਕਸ਼ਨਾਂ ਦੇ ਕੋਈ ਹੈਗੇ ਸਕਰੀਨ ਸ਼ੋਟ ਵਗੈਰਾ? ਮੈਂ ਕਿਹਾ ਹਾਂਜੀ ਹੈਗੇ। ਜਦੋਂ ਮੈਂ ਸਕਰੀਨ ਸ਼ੋਟ ਉਹ ਸਕਰੀਨ ਸ਼ੋਟ ਦਿਖਾਏ, ਕਹਿੰਦੇ ਵੀ ਇਹ ਤੁਸੀਂ ਪੈਸੇ ਕਾਹਦੇ ਲਈ ਮੰਗਾਉਂਦੇ ਸੀ? ਤੇ ਮੈਂ ਉਹਨੂੰ ਉੱਦਾਂ ਹੀ ਕਿਹਾ ਤਾਂ ਮੈਂ ਕਿਹਾ ਵੀ ਅਸੀਂ ਜਿਵੇਂ ਸਾਡੀ ਮੰਨ ਲਓ ਵੀ ਮੇਰਾ ਬਰਥਡੇ ਵਗੈਰਾ ਤੇ ਪੈਸੇ ਭੇਜਦੇ ਸੀ ਤੇ ਸ਼ੋਪਿੰਗ ਵਗੈਰਾ ਲਈ। ਕਹਿੰਦੇ ਓਕੇ। ਤੇ ਫਿਰ ਮੈਨੂੰ ਕਹਿੰਦੇ ਵੀ ਤੁਹਾਡਾ ਵਿਆਹ ਕਦੋਂ ਹੋਇਆ ਸੀਗਾ? ਤੇ ਮੈਂ ਡੇਟ ਦੱਸਤੀ। ਕਹਿੰਦੇ ਇੱਥੇ ਉਹ ਮੈਨੂੰ ਮਾੜਾ ਜਿਹਾ ਕਨਫਿਊਜ਼ ਜਿਹਾ ਕਰਨ ਨੂੰ ਫਿਰਦੇ ਸੀਗੇ। ਤੇ ਮੈਂ ਕਿਹਾ ਵੀ
ਤੇ ਕਹਿੰਦੇ ਉਦਣ ਹੀ ਮਿਲੇ, ਉਦਣ ਹੀ ਵੀ ਆ ਗਿਆ। ਮੈਂ ਕਿਹਾ ਨਹੀਂ ਜੀ, ਪਹਿਲਾਂ ਸਾਡੀ ਅੰਗੇਜਮੈਂਟ ਹੋਈ ਆ ਤੇ ਇੰਨੇ ਮੰਥ ਪਹਿਲਾਂ, ਤੇ ਹੁਣ ਫਿਰ ਵਿਆਹ ਹੋਇਆ। ਤੇ ਕਹਿੰਦੇ ਓਕੇ। ਤੇ ਜਿੱਦਾਂ ਉਹਨਾਂ ਨੇ ਪਹਿਲਾਂ ਦੋ ਤਿੰਨ ਸਵਾਲ ਪੁੱਛੇ ਤੇ ਮੇਰੇ ਵੀ ਨੀ ਸਿੱਧਾ ਹੀ ਝਾਕਦੇ ਸੀ ਜੀ, ਮੇਰੇ ਫੇਸ ਵੱਲ ਵੀ ਨਰਵਸ ਤਾਂ ਨੀ ਹੁੰਦਾ ਕਿਤੇ। ਤੇ ਉਸ ਤੋਂ ਬਾਅਦ ਉਹ ਨਾਲ ਦੀ ਨਾਲ ਟਾਈਪ ਵੀ ਕਰੀ ਜਾਂਦੇ ਸੀਗੇ। ਤੇ ਪੁੱਛਣ ਤੋਂ ਬਾਅਦ ਉਹਨਾਂ ਨੇ ਮੇਰੀ ਵਾਈਫ ਨੂੰ ਫੋਨ ਲਾ ਲਿਆ। ਅੱਛਾ। ਵਾਈਫ ਨੂੰ ਫੋਨ ਲਾ ਕੇ ਤੇ ਇਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਸੁਣਦਾ ਨੀ ਸੀ ਕੀ ਕਹਿੰਦੇ ਆ। ਤੇ ਗੱਲ ਕਰਕੇ ਤੇ ਮੇਰੇ ਨਾਲ ਤੇ ਇਹਨਾਂ ਨਾਲ ਗੱਲ ਕਰਕੇ ਮੈਨੂੰ ਕਹਿੰਦੇ ਵੀ ਤੁਹਾਡੀ ਵਾਈਫ ਦਾ, ਉਹਨਾਂ ਨੇ ਉਹਦੇ ਕਾਲਿੰਗ ਦੇ ਉੱਪਰ ਹੀ ਦੇਖ ਲਿਆ, ਕਹਿੰਦੇ ਤੁਹਾਡੀ ਵਾਈਫ ਦਾ ਨੰਬਰ ਆ। ਮੈਂ ਕਿਹਾ ਹਾਂਜੀ। ਤੇ ਉਹਨਾਂ ਨੇ ਜਦੀ ਕਾਲ ਲਾ ਲਈ ਤੇ ਲਾ ਕੇ ਕਹਿੰਦੇ ਮੈਨੂੰ ਪੁੱਛਦੇ, ਮੈਨੂੰ ਕਹਿੰਦੇ ਕਾਲ ਚੱਕ ਲਓ ਤੁਹਾਡੀ ਵਾਈਫ। ਮੈਂ ਕਿਹਾ ਹਾਂਜੀ ਵੀ ਉਹ ਤਾਂ ਵੇਟ ਕਰਦੇ ਆ ਉੱਧਰ। ਤੇ ਇਹਨਾਂ ਨੇ ਚਲੋ ਜੀ ਜਦੀ ਫੋਨ ਚੱਕ ਲਿਆ ਤੇ ਚੱਕ ਕੇ ਇਹਨਾਂ ਨੂੰ ਪੁੱਛਿਆ ਵਗੈਰਾ ਪੁੱਛਿਆ ਉਹਨਾਂ ਨੇ ਤੇ ਪੁੱਛ ਕੇ ਗੱਲ ਕੀਤੀ। ਤੇ ਮੈਨੂੰ ਫੋਨ ਕੱਟਣ ਤੋਂ ਬਾਅਦ ਉਹਨਾਂ ਨੇ ਟਾਈਪ ਕੀਤਾ ਤੇ ਮੇਰੇ ਕੋਲ ਹੋਰ ਫੋਟੋਆਂ ਪਈਆਂ ਸੀਗੀਆਂ। ਕਹਿੰਦੇ ਇਹ ਫੋਟੋ, ਮੈਂ ਕਿਹਾ ਵੀ ਇਹ ਸਾਡੀਆਂ ਵਿਆਹ ਤੋਂ ਬਾਅਦ ਦੀਆਂ ਨੇ ਜਿਹੜੀਆਂ ਅਸੀਂ ਘੁੰਮਣ ਗਏ ਸੀਗੇ। ਕਹਿੰਦੇ ਦਿਖਾ ਸਕਦੇ ਹੋ? ਮੈਂ ਕਿਹਾ ਹਾਂਜੀ, ਮੈਂ ਕਿਹਾ ਦੇਖ ਲਓ ਜੀ। ਤੇ ਦੇਖ ਕੇ ਮੈਨੂੰ ਕਹਿੰਦੇ ਦੇਖ ਦੂ ਕੇ ਮੈਨੂੰ ਉਹਨਾਂ ਨੇ ਟਾਈਪ ਕੀਤਾ ਤੇ ਕਹਿੰਦੇ ਰਵਿੰਦਰ ਯੂਅਰ ਵੀਜ਼ਾ ਇਜ਼ ਅਪਰੂਵਡ, ਤੁਹਾਡਾ ਵੀਜ਼ਾ ਅਪਰੂਵ ਕਰਤਾ ਸੀ ਤੇ ਤੁਹਾਡਾ ਮੈਡੀਕਲ ਹੋ ਗਿਆ। ਹਾਂਜੀ ਹਾਂਜੀ। ਤੇ ਕਹਿੰਦੇ ਤੁਹਾਡਾ ਮੈਡੀਕਲ ਹੋ ਗਿਆ। ਮੈਂ ਕਿਹਾ ਵੀ ਮੈਡੀਕਲ ਹੋ ਗਿਆ ਜੀ, ਐਕਸਪਾਇਰ ਹੋ ਗਿਆ ਜੀ। ਪਰ ਕਹਿੰਦੇ ਤੁਸੀਂ ਉਹ ਦੁਬਾਰਾ ਕਰ ਲਓ ਤੇ ਆਪ ਦੁਬਾਰਾ ਕਰਾ ਲਿਓ ਤੇ ਅਸੀਂ ਰਿਕੁਐਸਟ ਤੁਹਾਨੂੰ ਭੇਜਣ ਲੱਗੇ ਹਾਂ ਤੇ PCC ਵਗੈਰਾ। ਮੈਂ ਕਿਹਾ ਵੀ ਉਹ ਅਸੀਂ ਭੇਜਦੀ ਸੀ ਇੱਕ ਵਾਰੀ। ਕਹਿੰਦੇ ਵੀ ਸਾਨੂੰ ਸ਼ੋਅ ਨੀ ਹੋ ਰਹੀ। ਤੇ ਮੈਂ ਕਿਹਾ ਵੀ ਦੇਖ ਲਾਂਗੇ ਵੀ ਮੇਲ ਭੇਜ ਦਾਂਗੇ। ਕਹਿੰਦੀ ਜ਼ਿਆਦਾ ਪੁਰਾਣੀ ਨਾ ਹੋਵੇ ਤੇ ਨਹੀਂ ਤੁਸੀਂ ਦੁਬਾਰਾ ਹੀ ਕਰਾ ਲਿਓ ਤਾਂ ਵਧੀਆ ਗੱਲ ਆ। ਮੈਂ ਕਿਹਾ ਓਕੇ ਮੈਮ, ਥੈਂਕ ਯੂ। ਤੇ ਫਿਰ ਉਹਨਾਂ ਨੇ ਦੁਬਾਰਾ ਮੈਨੂੰ ਫਿਰ ਕੇ ਵੀ ਤੁਹਾਡਾ ਵੀਜ਼ਾ ਅਪਰੂਵ ਕਰਤਾ ਤੇ ਹਨਾ ਏਦਾਂ ਸਮਾਈਲ ਜੀ ਉਹਨਾਂ ਨੇ ਮੈਨੂੰ ਸਮਾਈਲ ਦਿੱਤੀ ਤੇ ਮੈਂ ਕਿਹਾ ਓਕੇ ਮੈਮ, ਥੈਂਕ ਯੂ। ਤੇ ਫਿਰ ਮੇਰੀ ਯਾਨੀ ਕਿ 15-20 ਮਿੰਟ ਮੇਰੇ ਨਾਲ ਗੱਲਬਾਤ ਕੀਤੀ ਉਹਨਾਂ ਨੇ, 15-20 ਦੇ ਵਿੱਚ ਵਿੱਚ। ਤੇ ਗੱਲ ਕਰਕੇ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ, ਤੁਹਾਡਾ ਵੀਜ਼ਾ ਅਪਰੂਵ ਕਰਤਾ। ਅਰਵਿੰਦਰ ਤੁਸੀਂ ਤੇ 15 ਮਿੰਟ ਚ ਵੱਲੇ ਵੱਲੇ ਕਰਾਤੀ ਫਿਰ। ਹਾਂਜੀ ਹਾਂਜੀ ਸਰ, ਹਾਂਜੀ, ਤੁਹਾਡੀ ਮਿਹਰਬਾਨੀ ਹੋਈ ਸਾਰੀ। ਨਹੀਂ ਨਹੀਂ, ਮੇਰੀ ਕੋਈ ਮਿਹਰਬਾਨੀ ਤਾਂ ਨਹੀਂ। ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਵੀ ਜਦ ਇਹ ਇੰਟਰਵਿਊ ਆਇਆ ਸੀ ਕਿ ਤੁਹਾਨੂੰ ਕਿਹੜੀ ਕੋਈ ਐਂਗਜ਼ਾਇਟੀ ਜਾਂ ਨਰਵਸਨੈਸ ਸੀ ਕਿ ਵੀ ਇਹ ਇੰਟਰਵਿਊ 'ਚ ਕੀ ਪੁੱਛਿਆ ਜਾਂਦਾ? ਤੁਹਾਨੂੰ ਯਾਦ ਕਰੋ ਇੱਕ ਹਫ਼ਤੇ ਪਹਿਲਾਂ ਜਦ ਆਪਾਂ ਡਿਸਕਸ਼ਨ ਕਰ ਰਹੇ ਸੀ ਕਿ ਵੀ ਕਿਸ ਤਰ੍ਹਾਂ ਤਿਆਰੀ ਕਰਨੀ, ਕੀ ਕਰਨਾ, ਉਸ ਵਕਤ ਤੁਹਾਡੇ ਮਨ 'ਚ ਮਤਲਬ ਕਿਹੜੇ ਡਾਊਟ ਕਰਕੇ ਤੁਸੀਂ ਫਿਰ ਇਹ ਘਬਰਾ ਰਹੇ ਸੀ ਪਹਿਲਾਂ? ਜਿਹੜੇ ਮੈਨੂੰ ਬਿਲਕੁਲ ਪਤਾ ਹੀ ਨੀ ਸੀ ਵੀ ਮੈਨੂੰ ਇਹ ਉੱਥੇ ਪੁੱਛ ਵੀ ਲੈਣਗੇ। ਜੋ ਮੈਨੂੰ ਪੁੱਛ ਵੀ ਲੈਂਦੇ ਤੇ ਉਹਨਾਂ ਦਾ ਮੇਰੇ ਕੋਲ ਆਨਸਰ ਨੀ ਸੀਗਾ, ਤੇ ਆਨਸਰ ਵੀ ਜੇ ਆਨਸਰ ਵੀ ਸੀਗਾ ਤੇ ਸਹੀ ਢੰਗ ਨਾਲ ਮੇਰੇ ਕੋਲ ਆਨਸਰ ਨੀ ਸੀ ਕਿ ਮੈਂ ਉਹਨਾਂ ਨੂੰ ਕਲੀਅਰ ਕਰ ਸਕਾਂ ਵੀ ਮੇਰਾ ਏਦਾਂ ਹੋਇਆ ਵਾ। ਤੇ ਹਨਾ, ਤੇ ਮੈਂ ਉਹਨਾਂ ਨੂੰ ਕਲੀਅਰ ਨੀ ਕਰ ਸਕਦਾ ਸੀ ਜਾਣੀ ਕਿ। ਤੇ ਫਿਰ ਚਲੋ ਮੈਨੂੰ ਏਦਾਂ ਪਤਾ ਲੱਗਿਆ ਤੇ ਤੁਹਾਡੇ ਬਾਰੇ ਸਰ ਪਤਾ ਲੱਗਿਆ ਤੇ ਮੈਂ ਕਿਹਾ ਵੀ ਆਪਣੀ ਹੁਣ ਜ਼ਿੰਦਗੀ ਦਾ ਲਾਸਟ ਫੈਸਲਾ ਹੀ ਆ ਤੇ ਵੀ ਆਪਾਂ ਆਪਦਾ 100% ਤਿਆਰੀ ਕਰਕੇ ਜਾਣੀ ਆ। ਤੇ ਫਿਰ ਮੈਂ ਆਪਦੀ ਵਾਈਫ ਨਾਲ ਗੱਲ ਕੀਤੀ ਏਦਾਂ ਕਰਕੇ ਵੀ ਸਰ ਨੇ ਅਮਰਜੋਤ, ਤੇ ਵੀ ਉਹਨਾਂ ਨਾਲ ਵੀ ਆਪਾਂ ਉਹਨਾਂ ਤੋਂ ਵੀ ਹਨਾ ਵੀ ਤਿਆਰੀ ਕਰ ਲੈਂਦੇ ਹਾਂ। ਤੇ ਫਿਰ ਅਸੀਂ ਹਨਾ ਮੇਰੀ ਵਾਈਫ ਨੇ ਉਸੇ ਦਿਨ ਤੁਹਾਡੇ ਨਾਲ ਜਾਣੀ ਕਿ ਕੰਟੈਕਟ ਕੀਤਾ ਤੇ ਸ਼ਾਮ ਨੂੰ ਹੀ ਤੁਹਾਡੇ ਨਾਲ ਗੱਲ ਕੀਤੀ। ਤੇ ਫਿਰ ਉਹ ਜਿਹੜੇ ਕੁਐਸਚਨ ਵਗੈਰਾ ਸੀ ਸਾਨੂੰ ਬਿਲਕੁਲ ਨੀ ਪਤਾ ਸੀਗਾ, ਜਿਵੇਂ ਫੇਸਬੁੱਕ ਵਾਲੇ ਸਕਰੀਨ ਸ਼ੋਟ ਵਗੈਰਾ ਦੇ ਤੇ ਹੋਰ ਜਿੱਦਾਂ ਵੀ ਸੀਗਾ ਜੀ ਆਪਣੇ ਵੀ ਹਨਾ, ਜਿਵੇਂ ਐਂ ਨੀ ਪਤਾ ਜੀ ਫੈਮਿਲੀ ਤੇ ਜਿਹਨੇ ਸਪੋਂਸਰ ਕੀਤਾ ਉਹਦੇ ਬਾਰੇ ਵੀ ਪੁੱਛ ਸਕਦੇ ਆ। ਉਹ ਸਾਰੇ ਤੁਸੀਂ ਕੁਐਸਚਨ ਕਲੀਅਰ ਕੀਤੇ ਤੇ ਉਹਨਾਂ ਨੇ ਉਹੀ ਪੁੱਛਿਆ ਤੇ ਜਿਹਦੇ ਕਰਕੇ ਮੈਂ ਅਲਝਿਆ ਨੀ ਬਿਲਕੁਲ ਵੀ। ਤੇ ਤੁਸੀਂ ਤਿਆਰੀ ਕਰਾਈ ਤੇ ਮੈਂ ਆਨਸਰ ਦੇ ਗਿਆ ਤੇ ਉਹਨੂੰ ਕਲੀਅਰ ਹੋ ਗਿਆ। ਤੇ ਸਨੈਪਸ ਵਗੈਰਾ ਜਿਵੇਂ ਤੁਸੀਂ ਕਹੀ ਫੋਟੋਆਂ ਵਗੈਰਾ ਲੈ ਕੇ ਜਾਇਓ ਜ਼ਿਆਦਾ ਤੋਂ ਜ਼ਿਆਦਾ, ਤੇ ਉਹ ਅਸੀਂ ਸਾਰਾ ਲੈ ਕੇ ਗਿਆ ਸੀ ਤਾਂ ਕਰਕੇ ਬਿਲਕੁਲ ਪ੍ਰੋਬਲਮ ਨਹੀਂ ਆਈ ਹੈਗੀ ਉੱਥੇ। ਪਹਿਲਾਂ ਬਹੁਤ ਘਬਰਾਹਟ ਸੀ। ਜੋ ਕੁਐਸਚਨ ਮੈਨੂੰ ਤੁਸੀਂ ਦੱਸੇ ਨਾ ਮੈਨੂੰ, ਮੈਂ ਉਹਨੂੰ ਦੁਬਾਰਾ ਰਿਪੀਟ ਕਰਦਾ ਇੱਕ ਵਾਰ। ਜਿਹਨੂੰ ਲੈ ਕੇ ਬਸ ਸਾਨੂੰ ਪਤਾ ਲੱਗਦਾ ਕਿ ਬਈ ਸਾਡੀ ਜਿਹੜੀ ਸੋਚ ਸਹੀ ਚੱਲ ਰਹੀ ਹੈ ਇੰਟਰਵਿਊ ਤਿਆਰੀ ਦੇ ਬਾਰੇ, ਸੋਚ ਸਹੀ ਹੈ। ਨੰਬਰ 1 ਤੁਸੀਂ ਦੱਸਿਆ ਉਹਨਾਂ ਨੇ ਤੁਹਾਡੀ ਵਾਈਫ ਦੇ ਪ੍ਰੀਵੀਅਸ ਇਮੀਗ੍ਰੇਸ਼ਨ ਹਿਸਟਰੀ ਬਾਰੇ ਪੁੱਛਿਆ ਕਿ ਬਈ ਉਹ ਕਦੋਂ ਆਈ, PR ਕਿਸ ਤਰ੍ਹਾਂ ਬਣੀ ਹੈ ਕੈਨੇਡਾ ਵਿੱਚ, ਇਹ ਪੁੱਛਿਆ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਦੂਸਰਾ ਉਹਨਾਂ ਨੇ ਇਹ ਪੁੱਛਿਆ ਕਿ ਬਈ ਤੁਹਾਡੇ ਜਿਹੜੇ ਵਾਈਫ ਹੈ ਕਿੰਨੀ ਵਾਰ ਤੁਹਾਨੂੰ ਮਿਲਣ ਆਈ ਹੈ, ਇੰਡੀਆ ਆਈ ਹੈ, ਕਰੈਕਟ ਇਹ ਪੁੱਛਿਆ ਉਹਨਾਂ ਨੇ? ਹਾਂਜੀ ਹਾਂਜੀ, ਉਹਨਾਂ ਨੇ ਇਹ ਪੁੱਛਿਆ ਜੀ।
ਟਾਈਮਿੰਗ ਪੁੱਛੀ ਹੈ, ਕਦੋਂ ਆਈ ਹੈ, ਡੇਟ ਪੁੱਛੀ ਹੈ, ਕਿੰਨੇ ਦਿਨ ਰਹੀ ਹੈ, ਇਸ ਤਰ੍ਹਾਂ ਇਹ ਵੀ ਪੁੱਛਿਆ ਸਾਰਾ, ਠੀਕ ਹੈ। ਹਾਂਜੀ ਉਹਨਾਂ ਨੇ ਡੇਟ ਪੁੱਛੀ ਹੈ। ਹਾਂਜੀ ਗੁੱਡ ਗੁੱਡ। ਫੋਟੋਜ਼, ਫੋਟੋਜ਼ ਦੇ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ, ਵੱਧ ਤੋਂ ਵੱਧ ਫੋਟੋਜ਼ ਲੈ ਕੇ ਜਾਣੀ ਹੈ, ਉਹ ਠੀਕ ਹੈ। ਚੌਥਾ ਜਿਹੜਾ ਸਵਾਲ ਹੈ, ਜਿਹੜਾ ਬੜਾ ਇੰਪੋਰਟੈਂਟ ਹੈ ਮੇਰੇ ਖਿਆਲ ਕਿ ਲੋਕਾਂ ਨੂੰ ਇਹ ਹੁੰਦਾ ਕਿ ਬਈ ਜਿਹੜੀ ਮੇਰੀ ਵਾਈਫ ਹੈ ਉੱਥੇ ਰਹਿ ਰਹੀ ਹੈ, ਉਸ ਘਰ 'ਚ ਕੌਣ ਕੌਣ ਮੈਂਬਰ, ਕਿਹੜੇ ਜੀਵ ਰਹਿ ਰਹੇ ਹੈ, ਉਹਨਾਂ ਦੇ ਨਾਮ ਕੀ ਹੈ, ਕੀ ਰਿਸ਼ਤਾ ਹੈ, ਕਿਸ ਤਰ੍ਹਾਂ ਦੀ ਉਹ ਲਾਈਫ ਹੈ, ਉਹ ਵੀ ਉਹਨਾਂ ਨੇ ਪੁੱਛਿਆ ਕਿ ਬਈ ਉਹਨਾਂ ਦੀ ਫੈਮਿਲੀ ਕੌਣ ਕੌਣ ਹੈ, ਕਰੈਕਟ। ਹਾਂਜੀ ਤੇ ਉਹ ਕਰਦੇ ਕੀ ਨੇ ਜੀ, ਕਰਦੇ ਹੈ, ਈਵਨ ਆਕੂਪੇਸ਼ਨ ਵੀ ਕਰਦੇ ਨੇ, ਦੈਟਸ ਗੁੱਡ। ਕਈ ਵਾਰ ਮੈਨੂੰ ਪਤਾ ਹੈ ਕਿ ਕਈ ਕਲਾਇੰਟਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇਹ ਵੀ ਪੁੱਛਿਆ ਹੈ ਕਿ ਵੀ ਉਹ ਮਕਾਨ ਕਿਹਦੇ ਨਾਮ ਹੈ, ਮਕਾਨ ਦਾ ਮਾਲਿਕ ਕੌਣ ਹੈ, ਮੋਰਗੇਜ ਹੈ ਜਾਂ ਓਨਰ ਹੈ, ਕਿੰਨੀ ਮੋਰਗੇਜ ਹੈ, ਕਿਸ ਤਰ੍ਹਾਂ ਦੀ ਪੇਮੈਂਟ ਜਾਂਦੀ, ਇੱਥੇ ਤੱਕ ਵੀ ਪੁੱਛਿਆ ਉਹਨਾਂ ਨੇ। ਫਿਰ ਚੈਟ ਹਿਸਟਰੀ, ਤੁਸੀਂ ਚੈਟ ਹਿਸਟਰੀ ਜੋ ਤੁਹਾਡੇ ਕੋਲ ਸੀ, ਮਨੀ ਟ੍ਰਾਂਸਫਰ ਦਾ, ਮਨੀ ਟ੍ਰਾਂਸਫਰ ਪੁੱਛਿਆ ਕਿ ਮਨੀ ਟ੍ਰਾਂਸਫਰ ਕਿੰਨੀ ਅਤੇ ਕਿਹੜੇ ਪਰਪਸ ਕਰਕੇ ਮਨੀ ਟ੍ਰਾਂਸਫਰ ਹੈ, ਉਹ ਵੀ ਪੁੱਛ ਗਿਆ। ਅਤੇ ਮੈਰਿਜ ਦੀ ਡੇ 'ਚ, ਇਹ ਬਹੁਤ ਬੜਾ ਜ਼ਰੂਰੀ ਹੈ ਐਕਚੁਲੀ, ਮੈਰਿਜ ਕਦੋਂ ਹੋਈ ਹੈ ਅਤੇ ਜਦ ਤੁਸੀਂ ਮਿਲੇ ਹੋ ਅਤੇ ਉਹ ਤੋਂ ਬਾਅਦ ਕਿੰਨਾ ਚਿਰ ਬਾਅਦ ਮੈਰਿਜ ਹੋਈ ਹੈ, ਡੈਟ ਮੀਨਸ ਕਿ ਕਈ ਵਾਰ ਉਹਨਾਂ ਨੂੰ ਹੁੰਦਾ ਕਿ ਕਾਹਲੀ ਕਾਹਲੀ ਵਿੱਚ ਮੈਰਿਜ ਕਰ ਲਈ, ਅੱਜ ਮਿਲੇ ਜੀ, ਅਗਲੇ ਹਫ਼ਤੇ ਮੈਰਿਜ ਹੋ ਗਈ। ਸੋ ਇਹ ਵੀ ਇੱਕ ਡੇਂਜਰ ਸਾਈਨ ਹੈ। ਸੋ ਇਹ ਵੀ ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਵੀ ਕਿੰਨੀ ਛੇਤੀ ਕੋਲ ਤੁਸੀਂ ਮੈਰਿਜ ਕਰਾ ਲਈ। ਸੋ ਕਾਫੀ ਕੁਛ ਕੁਐਸਚਨ ਜਿਹੜੇ ਆਪਾਂ ਡਿਸਕਸ ਕੀਤੇ ਸੀ, ਕਾਫੀ ਕੁਛ ਆ ਗਏ। ਇਸ ਤਰ੍ਹਾਂ ਦਾ ਕੋਈ ਕੁਐਸਚਨ ਆਇਆ ਜਿਹੜਾ ਆਪਾਂ ਡਿਸਕਸ ਨਹੀਂ ਕੀਤਾ? ਨਹੀਂ, ਇਦਾਂ ਦਾ ਕੋਈ ਇੱਕ ਵੀ ਕੁਐਸਚਨ ਨਹੀਂ ਆਇਆ ਹੈਗਾ ਜਿਹੜਾ ਆਪਾਂ ਡਿਸਕਸ ਨਹੀਂ ਕੀਤਾ ਹੈਗਾ। ਤੇ ਤਿਆਰੀ ਇੰਨੀ ਕੁ ਹੋ ਚੁੱਕੀ ਸੀਗੀ ਤੇ ਪਹਿਲਾਂ ਤਾਂ ਅਜੇ ਥੋੜੀ ਮੋਟੀ ਘਬਰਾਹਟ ਸੀਗੀ ਜੀ। ਜਿਵੇਂ ਜਿੱਦਣ ਜਦੋਂ ਇੰਟਰਵਿਊ ਦੇ ਮੂਹਰੇ, ਉੱਥੇ ਅੰਬੈਸੀ ਦੇ ਮੂਹਰੇ ਗਿਆ ਤੇ ਉਦੋਂ ਤਾਂ ਬਿਲਕੁਲ ਹੀ ਘਬਰਾਹਟ ਹੀ ਨਹੀਂ ਸੀਗੀ। ਤੇ ਐ ਸੀਗਾ ਵੀ ਸਾਰਾ ਕੁਛ ਹੈ ਨਾ, ਵੀ ਕੋਈ ਵੀ ਕੁਐਸਚਨ ਪੁੱਛ ਲੈਣ, ਮੇਰੇ ਕੋਲ ਉਹਦਾ ਆਂਸਰ ਹੈਗਾ ਵਾ। ਪੈਸੇ ਸਾਰੇ ਮੇਰੇ ਕੋਲ, ਪੇਪਰ ਵਗੈਰਾ ਪੂਰੇ ਨੇ, ਪੈਸੇ ਵਸੂਲ ਹੋ ਗਏ ਬ੍ਰਦਰ, ਤੁਹਾਡੇ ਪੈਸੇ ਵਸੂਲ ਹੋ ਗਏ। ਕੰਫੀਡੈਂਸ, ਐਕਚੁਅਲੀ ਕੰਫੀਡੈਂਸ ਆ ਗਿਆ ਨਾ, ਜਿਹੜਾ ਮਰਜ਼ੀ ਕੁਐਸਚਨ ਪੁੱਛ ਲਓ, ਉਹਨੂੰ ਪੁੱਛ ਲਓ, ਆਪਾਂ ਮੈਂ ਦੇਣ ਨੂੰ ਤਿਆਰ ਹਾਂ। ਹਾਂਜੀ 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 ਹਾਂਜੀ, ਬਸ ਜੀ ਇਹੀ ਗੱਲ ਸੀ। ਠੀਕ ਹੈ। ਤੇ ਫਿਰ ਤਾਂ ਯਾਨੀ ਕਿ ਉਹ ਵੀ ਜਿਵੇਂ ਵੀਜ਼ਾ ਆਫੀਸਰ ਵੀ ਜਿਵੇਂ ਆਪਣੇ, ਜਿਵੇਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਇੱਕ ਦੋ ਕੁਐਸਚਨ ਜਿੱਦਾਂ ਨੇ ਪੁੱਛੇ, ਤੇ ਮੈਂ ਕਿਹਾ ਵੀ ਗੱਲ ਸਹੀ ਪਾਸੇ ਨੂੰ ਜਾ ਰਹੀ ਆ। ਤੇ ਜੀ ਪਤਾ ਲੱਗ ਜਾਂਦਾ ਉਸ ਵਕਤ, ਪਤਾ ਲੱਗ ਜਾਂਦਾ। ਹਾਂਜੀ ਉਸੇ ਵਕਤ ਪਤਾ ਲੱਗ ਜਾਂਦਾ। ਹਾਂਜੀ ਤੇ ਇੰਟਰਪ੍ਰੇਟਰ ਸੀਗੀ ਜਿਹੜੀ ਮੇਰੀ, ਉਹ ਬਹੁਤ ਸਹੀ ਸੀਗੀ, ਆਪਣੇ ਮਿਲਾਂ ਦਾ ਪੰਜਾਬਣ ਕੁੜੀ ਵੀ ਸੀਗੀ ਜੀ। ਤੇ ਉਹਨੇ ਜਦੋਂ ਮੈਂ ਇੰਟਰਵਿਊ ਤੇ ਬਾਹਰ ਗਿਆ ਤੇ ਉਹਨੇ ਮੈਨੂੰ ਪਹਿਲਾਂ ਹੀ ਮੈਨੂੰ ਪੁੱਛਣ ਲੱਗ ਗਈ, ਕਹਿੰਦੀ ਵੀ ਤੁਹਾਡੇ ਵੀ ਵਿਆਹ ਏਦਾਂ, ਮੈਨੂੰ ਉਹਨੇ ਇੱਕ ਦੋ ਕੁਐਸਚਨ ਜਿਹੇ ਪੁੱਛੇ ਤੇ ਉਹਨੂੰ ਵੀ ਪਤਾ ਲੱਗ ਗਿਆ ਜੀ ਹਨਾ। ਤੇ ਮੈਨੂੰ ਕਹਿੰਦੀ ਵੀ ਬਸ ਘਬਰਾਉਣਾ ਨੀ ਗਾ ਹੈਗਾ ਵੀ ਤੁਸੀਂ, ਤੇ ਆਪਦਾ ਆਰਾਮ ਨਾਲ ਤੁਹਾਡੀ ਜੈਨੂਨ ਮੈਰਿਜ ਆਪਦੀ ਆਰਾਮ ਨਾਲ ਚਲੋ ਪੁੱਛੀ ਉਹ ਦੱਸੀ ਜਾਇਓ, ਕੋਈ ਡਰਨ ਵਾਲੀ ਗੱਲ ਨਹੀਂ। ਮੈਂ ਕਿਹਾ ਓਕੇ। ਉਹ ਵੀ ਬਹੁਤ ਜਾਣੀ ਵਧੀਆ ਉਹਨੇ ਉਹ ਕੀਤਾ ਜੀ। ਤੁਹਾਡੇ ਵਾਈਫ ਤੋਂ ਜ਼ਿਆਦਾ ਤੁਹਾਡੇ ਤੋਂ ਘਬਰਾਏ ਹੋਏ ਸੀ, ਯਾਦ ਹੈ ਮੈਨੂੰ ਪਿਛਲੇ ਹਫ਼ਤੇ ਕਾਲ ਕੀਤਾ ਸੀ ਸੰਦੀਪ ਲਾਈਨ ਤੇ ਹੋ? ਹਾਂਜੀ ਮੇਰੀ ਐਕਚੁਅਲੀ ਹਾਰਟ ਰੇਟ, ਮਾਈ ਹਾਰਟ ਜੰਪ ਆਊਟ ਆਫ ਮਾਈ ਚੈਸਟ ਆਲਮੋਸਟ। ਓ ਯਾ, ਉਹਨਾਂ ਨੇ ਮੈਨੂੰ 3 ਮਿੰਟ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਤੇ 3 ਮਿੰਟ ਦੇ ਵਿੱਚ ਮਾਈ ਵੌਇਸ ਵਾਸ ਟ੍ਰੈਂਬਲਿੰਗ ਅ ਬਿਟ ਐਂਡ ਥੋੜਾ ਜਿਹਾ ਮੈਨੂੰ ਘਬਰਾਹਟ ਇਹਨਾਂ ਨੇ ਜ਼ਿਆਦਾ ਸੀਗੀ। ਇੱਕ ਸਾਨੂੰ ਉਹਨਾਂ ਨੇ ਕਾਫੀ ਪਰਸਨਲ ਕੁਐਸਚਨ ਪੁੱਛਿਆ, ਆਈ ਕੈਂਟ ਸੇ ਦੈਟ ਓਵਰ ਦ ਫੋਨ, ਬਟ ਉਹ ਇਹਨਾਂ ਨੇ ਤਾਂ, ਇਹਨਾਂ ਨੂੰ ਪੁੱਛਿਆ ਤੇ ਤਾਂ ਹੱਸ ਪਏ, ਮੈਨੂੰ ਪੁੱਛਿਆ ਆਈ ਵਾਸ ਲਾਈਕ ਰੈਡੀ ਟੂ ਯੂ ਨੋ ਪਾਸ ਆਊਟ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਹਾਂਜੀ ਠੀਕ ਹੈ ਠੀਕ ਹੈ। ਚਲੋ ਇੱਕ ਸਰ, ਜਿਵੇਂ ਤੁਸੀਂ, ਜਿਵੇਂ ਮੰਨ ਲਓ ਵੀ ਉਹਨਾਂ ਨੇ ਇੱਕ ਸਾਨੂੰ ਕੁਐਸਚਨ ਪੁੱਛਿਆ ਸੀਗਾ ਤੇ ਉਹਨਾਂ ਨੇ ਮੈਨੂੰ ਉਹਦਾ ਆਂਸਰ ਸੀਗਾ, ਜਿਵੇਂ ਜਿਵੇਂ ਮੈਂ ਪਹਿਲਾਂ ਆਂਸਰ ਦਿੰਦਾ ਸੀ ਨਾ, ਤੇ ਉਹਦੇ ਵਿੱਚ ਮੈਨੂੰ ਐ ਸੀਗਾ ਵੀ ਮੈਂ, ਉਹਨਾਂ ਨੇ ਮੈਨੂੰ ਉਲਝਾ ਦਿੱਤਾ ਸੀ। ਅੱਛਾ, ਕੋਈ ਐਗਜ਼ਾਮਪਲ ਦਿਓ ਕੋਈ। ਤੇ ਵੀ ਤੁਸੀਂ ਕਹਣਾ ਵੀ ਮੇਰੀ ਕੋਈ, ਤੁਸੀਂ ਕਹੇ ਵੀ ਮੇਰੀ ਵਾਈਫ, ਤੁਸੀਂ ਕਹਣਾ ਵੀ ਫਰੰਟ ਲਾਈਨ ਵਰਕਰ ਆ, ਐਸੈਂਸ਼ੀਅਲ ਵਰਕਰ, ਤੇ ਉਹ ਜਿੱਦਾਂ ਮੈਂ ਉਹਨੂੰ ਕਿਹਾ, ਜਿਵੇਂ ਉਹ ਆਂਸਰ ਉਹਨਾਂ ਨੂੰ ਦਿੱਤਾ ਸੀ ਤੇ ਇੱਕ ਦੋ ਮੈਂ ਲਾਈਨਾਂ ਦੇ ਨਾਲ ਮੇਰਾ ਹੋ ਗਿਆ, ਉਹਨਾਂ ਨੇ ਮੈਨੂੰ ਦੁਬਾਰਾ ਉਹਦੇ ਬਾਰੇ ਕੁਐਸਚਨ ਹੀ ਨਹੀਂ ਕੀਤਾ ਹੈਗਾ। ਅੱਛਾ, ਤੇ ਬਸ ਉਹਨਾਂ ਨੂੰ ਸਮਝ ਆ ਗਈ ਤੇ ਮੈਂ ਕਿਹਾ ਵੀ, ਤੇ ਕਹਿੰਦੇ ਠੀਕ ਹੈ। ਨਹੀਂ ਮੈਂ ਪਹਿਲਾਂ ਆਂਸਰ ਦਿੰਦਾ ਸੀ ਉਹਦਾ, ਹੋਰ ਮੈਂ ਆਪਣੀਆਂ ਗੱਲ ਘੁਮਾਈ ਜਾਂਦਾ ਸੀਗਾ। ਚੈਟਿੰਗ ਹੋ ਰਹੀ, ਉਹ ਤੋਂ ਪਤਾ ਲੱਗਿਆ ਹੋਣਾ ਕਿ ਕਿੰਨੀ ਕ੍ਰੂਸ਼ਲ ਜੌਬ ਹੈ, ਸੋ ਇਸ ਕਰਕੇ ਪਤਾ ਲੱਗਦਾ। ਤੇ ਇਹ ਤੇ ਆਫਕੋਰਸ ਇਟ ਇਜ਼ ਓਕੇ, ਲੁੱਕ ਵੀਜ਼ਾ ਆਫੀਸਰਸ ਨੋ ਦੈਟ ਦੇ ਹੈਵ ਬੀਨ ਟ੍ਰੇਨਡ ਐਂਡ ਕੋਚਡ, ਮਤਲਬ ਕਿ ਵਾਈਫ ਨੇ ਜ਼ਰੂਰ ਦੱਸਿਆ ਹੋਣਾ ਕਿ ਵੀ ਇੱਦਾਂ ਗੱਲ ਕਰਨੀ ਹੈ, ਉਹ ਕਰ ਲਈ, ਉਹ ਤਾਂ ਚਲੋ ਠੀਕ ਹੈ।
at the bottom of the conversation ek bhi tade ko jawab hai, that is all it matters. ਹਾਂ ਜੀ ਤੇ ਸਾਰੇ ਜਿਵੇਂ ਆਪਣੇ ਡਾਕੂਮੈਂਟ ਵਗੈਰਾ ਆਪਣੇ ਕੋਲ ਪੂਰੇ ਨਹੀਂ, ਜਿਵੇਂ ਮੈਂ ਪਹਿਲਾਂ ਵੀ ਇੱਧਰ ਇੱਕ ਆਪਣੇ ਇੰਡੀਆ ਦੇ ਵਿੱਚ ਇੱਕ ਕਾਫੀ, ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਕਾਫੀ ਮਸ਼ਹੂਰ ਏਜੰਟ ਨਹੀਂ, ਮੈਂ ਉਹਨਾਂ ਕੋਲੇ ਚਲੋ ਮੈਂ ਕਿਹਾ ਵੀ ਤਿਆਰੀ ਉਹਨਾਂ ਕੋਲ ਜਾ ਕੇ ਕਰ ਲੈਂਦੇ ਹਾਂ, ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਂ ਗਿਆ ਤੇ ਮਾੜਾ ਮੋਟਾ ਮੈਨੂੰ ਪੁੱਛਿਆ ਤੇ ਪੁੱਛ ਕੇ ਮੈਨੂੰ ਕਹਿੰਦੇ ਵੀ, ਮੈਂ ਕਿਹਾ ਵੀ ਸਰ ਲੈ ਕੇ ਕੀ ਜਾਣਾ ਵਾ, ਕਹਿੰਦੇ ਬਸ ਕੁਛ ਨੀ ਲੈ ਕੇ ਜਾਣਾ ਤੇ ਪਾਸਪੋਰਟ ਲੈ ਜਾਇਓ ਤੇ ਆਪਦਾ ਤੇ ਜਿਹੜੀ ਤੁਹਾਨੂੰ ਮੇਲ ਆਈ ਹੈ ਵੀ ਉਹ ਲੈ ਜਾਇਓ, ਤੇ ਇੱਕ ਦੋ ਚੀਜ਼ਾਂ ਉਹਨਾਂ ਨੇ ਹੋਰ ਦੱਸੀਆਂ ਤੇ ਕਹਿੰਦੇ ਬਸ ਕੁਛ ਨੀ ਤੇ ਉਹਨਾਂ ਨੇ ਤੁਹਾਡੇ ਬਾਰੇ ਪੁੱਛਣਾ, ਤੇ ਮੈਨੂੰ ਉਸ ਤੋਂ ਬਾਅਦ ਆਪਣੀ ਗੱਲ ਹੋਈ ਸੀਗੀ, ਤੇ ਮੈਨੂੰ ਹੁਣ ਇੰਨਾ ਫੀਲ ਹੋ ਰਿਹਾ, ਮੈਂ ਕਿਹਾ ਜੇ ਆਪਣੀ ਗੱਲ ਨਾ ਹੁੰਦੀ ਤੇ ਮੈਂ ਤਾਂ ਇੰਨੇ ਪੇਪਰ ਵੀ ਨੀ ਲੈ ਕੇ ਜਾਣੇ ਸੀਗੇ, ਤੇ ਮੇਰੇ ਕੋਲ ਪ੍ਰੂਫ ਹੀ ਨੀ ਹੋਣੇ ਸੀਗੇ ਉਹਨਾਂ ਨੂੰ ਦਿਖਾਉਣ ਵਗੈਰਾ ਦੇ, ਤੇ ਮੈਂ ਕਿਹਾ ਵੀ ਫੇਰ ਤਾਂ ਉਹਨਾਂ ਨੂੰ ਐਂ ਲੱਗਣਾ ਸੀਗਾ ਜਿੱਦਾਂ ਵੀ ਇਹ ਤਾਂ ਆਪਦੀਆਂ ਗੱਲਾਂ ਵੀ ਆਪਦੀ ਵੀ ਆਪਦੇ ਕੋਲ ਸਾਰਾ ਕੁਛ ਦੱਸ ਰਹੇ ਨੇ, ਕੋਈ ਇਹਨਾਂ ਕੋਲ ਪ੍ਰੂਫ ਤਾਂ ਹੈ ਨੀ ਗਾ, ਤੇ ਉੱਥੇ ਬੰਦਾ ਫਿਰ ਘਬਰਾ ਜਾਂਦਾ ਜੀ। ਜੀ ਜੀ ਜੀ, ਅਗਰ ਜੇਕਰ ਤੁਸੀਂ ਮੈਂ ਕਈ ਵਾਰ ਐਗਜ਼ਾਮਪਲ ਦੇ ਸਕਾਂ, ਮਹਾਭਾਰਤ ਚੱਲ ਰਿਹਾ, ਪਾਂਡਵ ਤੇ ਉਹ ਜਿਹੜੇ ਕੌਰਵ ਖੜੇ ਆ, ਤੇ ਉਹ ਕਹਿੰਦੇ ਜੀ ਅਸੀਂ ਤਾਂ ਆਪਣਾ ਹਥਿਆਰੀ ਕਰ ਭੁੱਲ ਗਏ ਜੀ, ਤੇ ਉਹ ਜਿਹੜੇ ਤਲਵਾਰੀ ਕਰ ਭੁੱਲ ਗਏ ਜੀ, ਸੋ ਫਿਰ ਉਹ ਲੜਾਈ ਕਿੱਥੋਂ ਚਲੀ ਗਈ। ਸੋ ਇਹ ਸਾਰੇ ਫੋਟੋਗ੍ਰਾਫ ਵਾਲਾ ਐਵੀਡੈਂਸ ਹੈ, ਸਾਰੇ ਤੁਹਾਡੇ ਹਥਿਆਰ ਹੈ, ਅਗਰ ਜੇ ਹਥਿਆਰ ਹੀ ਨਹੀਂ ਹੋਣਗੇ ਤੇ ਫਿਰ ਤੁਸੀਂ ਜਵਾਬ ਦੇ ਨਹੀਂ ਸਕਦੇ ਕਿਸ ਚੀਜ਼ ਦਾ। ਹਾਂਜੀ 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 ਹਾਂਜੀ, ਨਹੀਂ ਸਹੀ ਗੱਲ, ਬਹੁਤ ਫਾਇਦਾ ਜੀ ਜਿਹੜੇ ਆਪਾਂ ਸਾਰੇ ਪੇਪਰ ਵਗੈਰਾ ਤੁਸੀਂ ਪੂਰੇ ਕਰਾਏ, ਤੇ ਬਹੁਤ ਇਹਦਾ ਬਹੁਤ ਜ਼ਿਆਦਾ ਬੰਦੇ ਨੂੰ ਕੌਨਫੀਡੈਂਸ ਬਹੁਤ ਜ਼ਿਆਦਾ ਰਹਿੰਦਾ। ਜੀ ਜੀ ਜੀ, ਚਲੋ ਥੈਂਕ ਯੂ ਵੈਰੀ ਮੱਚ, ਤੁਹਾਡਾ ਕੰਮ ਹੋ ਗਿਆ, ਤੁਸੀਂ ਹੁਣ ਵੀਜ਼ਾ ਵੀ ਤੁਹਾਨੂੰ ਮਿਲ ਜਾਣਾ ਵਿਦਇਨ ਫਿਊ ਵੀਕਸ, ਜਦ ਤੱਕ ਤੁਹਾਡਾ ਜਿਹੜਾ ਕੇਸ ਹੁੰਦਾ, ਤੇ ਮੇਰੇ ਖਿਆਲ ਹੈ ਕਿ ਤੁਸੀਂ ਸਮਰ ਟਾਈਮ ਇਨ ਕੈਨੇਡਾ ਵਧੀਆ ਟਾਈਮ 'ਚ ਆ ਰਹੇ, ਤੁਸੀਂ ਐਡਮਿੰਟਨ ਵੀ ਠੰਡ ਖਤਮ ਹੋ ਜਾਏਗੀ। ਆਈ ਥਿੰਕ ਇਟਸ ਅ ਗ੍ਰੇਟ ਗ੍ਰੇਟ ਡੇ ਫੋਰ ਯੂ ਐਂਡ ਯੋਰ ਵਾਈਫ, ਤੁਹਾਡੀ ਵਾਈਫ ਵੀ ਖੁਸ਼ ਹੈ, ਐਵਰੀਥਿੰਗ ਇਜ਼ ਗੁੱਡ। ਸੰਦੀਪ ਠੀਕ ਹੈ, ਐਵਰੀਥਿੰਗ ਗੁੱਡ ਨਾਓ, ਸੋ ਹੁਣ ਹੋ ਗਿਆ ਕੰਮ? ਹਾਂਜੀ ਹਾਂਜੀ ਜੀ ਜੀ ਐਵਰੀਥਿੰਗ ਇਜ਼ ਪਰਫੈਕਟ। ਜੀ 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 ਜੀ, ਠੀਕ ਹੈ ਠੀਕ ਹੈ। ਚਲੋ ਸਰ, ਤੁਹਾਡੇ ਬਾਰੇ ਸੁਣਦੇ ਹੁੰਦੇ ਸੀ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਇਦਾਂ ਸੁਣਦੇ ਹੁੰਦੇ ਸੀ, ਅੱਜ ਆਪ ਵੀ ਮੌਕਾ ਮਿਲੇ ਤੁਹਾਨੂੰ ਤਿਆਰੀ ਕਰਨ ਦਾ ਤੇ ਗੱਲ ਕਰਨ ਦਾ। ਜੀ 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 ਜੀ, ਚਲੋ ਬਹੁਤ ਵਧੀਆ, ਇਹ ਤੇ ਸਾਰਾ ਉੱਪਰ ਵਾਲੇ ਦੀ ਮਰਜ਼ੀ ਹੈ ਸਰ ਜੀ, ਇਹ ਤੇ ਬਹਾਨਾ ਲੱਗ ਜਾਂਦਾ ਹੈ ਕਿ ਕੌਣ ਕਿਹਦੇ ਥਰੂ ਗਿਆ ਕਿਸ ਤਰ੍ਹਾਂ ਹੈ, ਪਰ ਤੁਹਾਡਾ ਵੀਜ਼ਾ ਲੱਗਣਾ ਹੀ ਸੀ, ਇਹ ਲਿਖਿਆ ਹੋਇਆ ਸੀ ਕਿਸਮਤ 'ਚ, ਤੁਹਾਡਾ ਵੀਜ਼ਾ ਲੱਗਣਾ ਸੀ, ਉਹ ਤੇ ਮੇਰਾ ਬਹਾਨਾ ਜੋ ਬਣ ਗਿਆ ਕਿ ਇੱਥੋਂ ਗਏ ਉੱਧਰ ਗਏ। ਸੋ ਆਈ ਐਮ ਗ੍ਰੇਟਫੁਲ ਟੂ ਯੂ ਐਕਚੁਲੀ, ਮੈਂ ਤੇ ਤੁਹਾਨੂੰ ਮੈਂ ਸ਼ੁਕਰੀਆ ਮੈਂ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਕੌਨਫੀਡੈਂਸ ਲੈ ਕਰ ਤੁਸੀਂ ਕੰਸਲਟੇਸ਼ਨ ਲਈ, ਤੇ ਥੋੜ੍ਹਾ ਬਹੁਤ ਜਿੰਨਾ ਮੈਨੂੰ ਪਤਾ ਸੀ ਤੁਹਾਨੂੰ ਦੱਸਿਆ, ਤੇ ਅੱਜ ਤੁਹਾਡੇ ਕੋਲ ਵੀਜ਼ਾ ਹੈ, ਤੁਸੀਂ ਹੁਣ ਯੂ ਆਰ ਰਾਈਟ ਔਨ ਕਲਾਊਡ 9, ਤੇ ਵੈਰੀ ਵੈਰੀ ਸੂਨ ਤੁਸੀਂ ਇੱਥੇ ਕੈਨੇਡਾ ਆਓਗੇ, ਐਡਮਿੰਟਨ ਆਓਗੇ ਤੇ ਜ਼ਰੂਰ, ਆਈ ਐਮ ਆਲਸੋ ਇਨ ਐਡਮਿੰਟਨ, ਤੇ ਜ਼ਰੂਰ ਆ ਕੇ ਦਰਸ਼ਨ ਦਿਓ। ਠੀਕ ਹੈ ਜੀ ਸੰਦੀਪ, ਹੋਰ ਕੁਛ? ਸੰਦੀਪ ਕਹਿਣਾ ਤਾਂ ਨਹੀਂ ਕੁਛ ਹੋਰ? ਨਹੀਂ ਜੀ ਕੁਛ ਨਹੀਂ ਜੀ, ਬਸ ਇਹੀ ਸੀਗਾ, ਥੈਂਕ ਯੂ ਸੋ ਮਚ ਫੋਰ ਆਲ ਯੂਰ ਹੈਲਪ। ਠੀਕ ਹੈ, ਥੈਂਕ ਯੂ ਟੇਕ ਕੇਅਰ। ਓਕੇ ਜੀ, ਥੈਂਕ ਯੂ, ਓਕੇ ਸਰ, ਗੁੱਡ ਬਾਏ।